ਜਿਹੜੇ ਵੀ ਸਟੂਡੈਂਟਸ ਕੈਨੇਡਾ ਸਟੱਡੀ ਵੀਜ਼ਾ ਤੇ ਜਾਣ ਚਾਹੁੰਦੇ ਨੇ ਤੇ ਸਿਰਫ ਇਸ ਕਰਕੇ ਵੇਟ ਕਰ ਰਹੇ ਨੇ ਕਿ ਕੈਨੇਡੀਅਨ ਹਾਈ ਕਮਿਸ਼ਨ ਜਦੋਂ ਵੀਜ਼ਾਜ਼ ਦੀ ਪ੍ਰੋਸੈਸਿੰਗ ਫਾਸਟ ਕਰੇਗੀ ਉਦੋਂ ਆਪਣੀ ਫਾਈਲ ਲਾਵਾਂਗੇ। ਸੋ ਇਹ ਸਾਰੇ ਸਟੂਡੈਂਟਸ ਨੂੰ ਮੈਂ ਦੱਸਣਾ ਚਾਹੂੰਗਾ ਕਿ ਪਿਛਲੇ ਕੁਝ ਦਿਨਾਂ ਤੋਂ ਕੈਨੇਡੀਅਨ ਹਾਈ ਕਮਿਸ਼ਨ ਦੀ ਪ੍ਰੋਸੈਸਿੰਗ ਜਿਹੜੀ ਆ ਉਹ ਕਾਫੀ ਫਾਸਟ ਹੋ ਗਈ ਹੈ ਤੇ ਐਡੋਵਿੰਗਸ ਦੀ ਟੀਮ ਨੂੰ ਐਵਰੀ ਡੇ ਜਿਹੜੀਆਂ ਨੇ ਉਹ PPR ਰਿਕੁਐਸਟਸ ਜਿਹੜੀਆਂ ਨੇ ਉਹ ਆ ਰਹੀਆਂ ਨੇ ਤੇ ਅੱਜ ਵੀ ਸਾਡੇ 7 ਸਟੂਡੈਂਟਸ ਦੀ PPR ਰਿਕੁਐਸਟ ਜਿਹੜੀਆਂ ਨੇ ਉਹ ਅਸੀਂ ਰਿਸੀਵ ਕੀਤੀਆਂ ਨੇ। ਇਹਦੇ ਨਾਲ ਨਾਲ ਸਟੂਡੈਂਟਸ ਨੂੰ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ May 22 ਔਰ September 22 ਇਹ ਆਉਣ ਵਾਲੇ ਦੋਨੇ ਇਨਟੇਕ ਜਿਹੜੇ ਨੇ ਇਹਨਾਂ ਲਈ ਤੁਸੀਂ ਜਲਦ ਤੋਂ ਜਲਦ ਅਪਲਾਈ ਕਰ ਦਿਓ ਕਿਉਂਕਿ ਸੀਟਸ ਜਿਹੜੀਆਂ ਨੇ ਬਹੁਤ ਜਲਦੀ ਫਿਲ ਹੋ ਰਹੀਆਂ ਨੇ। ਇਹ ਤੋਂ ਇਲਾਵਾ ਹੋਰ ਵੀ ਸਟੂਡੈਂਟਸ ਦੇ ਕਈ ਕੁਐਰੀਜ਼ ਨੇ ਕਿ ਜੀ ਪੁਰਾਣੀ ਫਾਈਲਸ ਜਿਹੜੀਆਂ ਵੈਨਕੂਵਰ ਦੇ ਕੁਛ ਕਾਲਜਸ ਦੀ ਫਸੀਆਂ ਹੋਈਆਂ ਸੀਗੀਆਂ ਜਾਂ ਫਿਰ ਅਸੀਂ ਕਹੀਏ ਕਿਊਬਿਕ ਦੀਆਂ ਕੁਛ ਫਾਈਲਾਂ ਫਸੀਆਂ ਸੀਗੀਆਂ, ਉਹ ਸਾਰੀ ਫਾਈਲਾਂ ਦੇ ਹੁਣ ਜਿਹੜੇ ਰਿਜ਼ਲਟਸ ਨੇ ਉਹ ਸਲੋਲੀ ਸਲੋਲੀ ਆ ਰਹੇ ਨੇ ਅਤੇ ਸਾਡੇ ਜਿਹੜੇ ਮੈਕਸੀਮਮ ਸਟੂਡੈਂਟਸ ਨੇ ਇਹ ਪੁਰਾਣੇ ਜਿਹੜੇ ਫਸੇ ਹੋਏ ਸੀਗੇ ਉਹ ਕਲੀਅਰ ਹੋ ਚੁੱਕੇ ਨੇ। ਸੋ ਜਿਹੜੇ ਵੀ ਸਟੂਡੈਂਟਸ ਹੁਣ ਅੱਗੇ ਅਪਲਾਈ ਕਰਨਾ ਚਾਹੁੰਦੇ ਨੇ ਦਿਸ ਇਜ਼ ਦਾ ਰਾਈਟ ਟਾਈਮ ਇਫ ਯੂ ਆਰ ਪਲੈਨਿੰਗ ਫੋਰ May 22 ਐਂਡ September 22 ਇਨਟੇਕ। ਸੋ ਸਟੂਡੈਂਟਸ ਆਈ ਰਿਕੁਐਸਟ ਯੂ ਆਲ ਟੂ ਪ੍ਰੋਸੈਸ ਯੂਰ ਐਪਲੀਕੇਸ਼ਨਸ ਐਜ ਸੂਨ ਐਜ ਪੋਸੀਬਲ। ਥੈਂਕ ਯੂ ਵੈਰੀ ਮਚ।